ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਅੱਜ ਜਿਹੜੇ ਐਕਸਪਰਟ ਮੌਜੂਦ ਨੇ ਉਹਨੇ ਜੀ ਗੌਰਵ ਤਲਵਾਰ ਸੈਟਿੰਗ ਅਬਰਾਡ ਤੋਂ ਪਹਿਲੇ ਸਵਾਗਤ ਕਰਦੀ ਉਹਨਾਂ ਦਾ। ਗੌਰਵ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਦਰਸ਼ਕੋ। ਸੋ ਗੌਰਵ, ਅੱਜ ਸ਼ੋਅ ਦੇ ਵਿੱਚ ਤੁਹਾਨੂੰ ਖਾਸ ਕਰ ਸੱਦਾ ਦਿੱਤਾ ਗਿਆ ਜਿਹਦੇ ਵਿੱਚ ਕੁਝ ਸਵਾਲ ਸਾਡੇ ਕੋਲ ਆਏ ਨੇ, ਸਾਡੇ ਦਰਸ਼ਕਾਂ ਦੇ, ਸਾਡੇ ਜਿਹੜੇ ਵਿਊਅਰਸ ਨੇ ਐਜ਼ ਅ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਨੇ। ਉਹਨਾਂ ਨੇ ਤਿੰਨ ਕੰਟਰੀਜ਼ ਬਾਰੇ ਜ਼ਿਆਦਾ ਸਵਾਲ ਭੇਜੇ ਸਾਡੇ ਕੋਲ, ਕੈਨੇਡਾ, ਆਸਟ੍ਰੇਲੀਆ ਅਤੇ USA। ਓਕੇ, ਕੋਸ਼ਿਸ਼ ਕਰਾਂਗੇ ਤਿੰਨਾਂ ਨੂੰ ਕਵਰ ਕਰਨ ਦੀ। ਫਿਰ ਵੀ ਤੁਹਾਡੇ ਲਈ ਮੈਂ ਦੱਸ ਦਵਾਂ, ਟੀਵੀ ਸਕਰੀਨ 'ਤੇ ਨੰਬਰ ਫਲੈਸ਼ ਹੋ ਰਿਹਾ, ਤੁਸੀਂ ਸਿੱਧਾ ਇਹਨਾਂ ਦੇ ਨੰਬਰ 'ਤੇ ਕਾਲ ਕਰਕੇ ਵੀ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਕਰੋ, ਸ਼ੁਰੂਆਤ ਕਰਾਂਗੇ ਡ੍ਰੀਮ ਡੈਸਟੀਨੇਸ਼ਨ ਕੈਨੇਡਾ ਤੋਂ। ਕੀ ਪ੍ਰੈਜੈਂਟ ਸਨੈਰੀਓ ਹੋਇਆ ਸਪਤੰਬਰ ਇਨਟੇਕ ਨੂੰ ਲੈ ਕੇ ਔਰ ਜੈਨ ਇਨਟੇਕ ਨੂੰ ਲੈ ਕੇ, ਕੀ ਜਿਹੜੀ ਆਪਸ਼ਨਸ ਬਚੀਆਂ? ਦੇਖੋ ਅਮਨ ਜੀ, ਜੋ ਪ੍ਰੈਜੈਂਟ ਸਨੈਰੀਓ ਹੈ ਉਹ ਜਰਨਲ ਵਾਸਤੇ ਕੁਛ ਮੈਂ ਇਹ ਦੇਖਿਆ ਐਡਵਰਟਾਈਜ਼ਮੈਂਟ ਦੇ ਰਾਹੀਂ, ਜਿੱਥੇ ਇਹ ਲਿਖਿਆ ਗਿਆ ਨੋ GIC ਰਿਕੁਆਇਰਡ ਔਰ ESL 'ਤੇ, ਸਿਰਫ ਇਕੱਲੇ ESL 'ਤੇ ਵੀਜ਼ਾ। ਇਹ ਕੁਝ ਚੀਜ਼ਾਂ ਬੱਚਿਆਂ ਨੂੰ ਬਚਣ ਦੀ ਜ਼ਰੂਰਤ ਹੈ, ਕਿਉਂਕਿ ਜਰਨਲ ਦਾ ਮੀਨਸ ਇਹ ਨਹੀਂ ਕਿ ਤੁਸੀਂ GIC ਨਹੀਂ ਕਰਾ ਸਕਦੇ। ਮੈਂ ਬਹੁਤ ਵੱਡੇ ਲੈਵਲ 'ਤੇ ਰਿਕਮੈਂਡੇਸ਼ਨ ਦਿੰਦਾ GIC ਦੀ, ਜ਼ਰੂਰ ਮੈਂ ਜਰਨਲ ਦੇ ਵਿੱਚ ਵੀਜ਼ਾ ਸਕਸੈਸ ਰੇਟ ਤਾਂ ਹੀ ਸਕਸੈਸਫੁਲ ਮੰਨਦਾ। ਹੁਣ ਤੁਸੀਂ ਦੇਖੋਗੇ ਕਿ ਪਿੱਛੇ ਕੁਝ ਦਿਨਾਂ ਤੋਂ ਜਰਨਲ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਰਿਫਿਊਜ਼ਲਸ ਆਈਆਂ ਨੇ। ਉਸ ਨੂੰ ਤੋਂ ਬਚਣ ਦਾ ਇੱਕ ਸਭ ਤੋਂ ਵਧੀਆ ਕਾਰਨ ਹੈ ਕਿ ਔਰ ਇੱਕ ਸਭ ਤੋਂ ਵਧੀਆ ਤਰੀਕਾ ਹੈ ਕਿ GIC ਪਲੱਸ ਤੁਹਾਡੀ ਜੋ ਕਹਿ ਸਕਦੇ ਹੋ ਕਿ ਇਨਕਮ ਪਰੂਫ ਹੈ, ਉਹ ਦੋਨੋਂ ਵੈਲੀਡੇਟ ਹੋਣੇ ਚਾਹੀਦੇ ਆ। ਦੂਜੀ ਚੀਜ਼ ਕੰਸਲਟੈਂਸੀ ਜਾਂ ਤੁਹਾਡੇ ਕੰਸਲਟੈਂਟ ਦਾ ਬਹੁਤ ਵੱਡਾ ਰੋਲ ਹੁੰਦਾ ਤੁਹਾਡੀ ਫਾਈਲ ਦੇ ਪਿੱਛੇ। ਹੁਣ ਉਸ ਦੇ ਵਿੱਚ ਕਈ ਟੈਕਨੀਕਲ ਪੁਆਇੰਟ ਆਉਂਦੇ ਆ ਕਿ ਟਾਈਅਪ ਹੈ ਜਾਂ ਨਹੀਂ ਹੈ ਤੁਹਾਡੀ। ਇੱਕ ਬੱਚੇ ਦਾ ਮੈਂ ਪਹਿਲੇ ਵੀ ਦੱਸਿਆ ਸੀ, ਇੱਕ ਇਗਜ਼ਾਮਪਲ ਦਿੱਤਾ ਸੀ, ਲਾਈਕ ਇੱਕ ਬੱਚਾ ਪਲੱਸ ਟੂ ਪਾਸ ਐਵੀਏਸ਼ਨ ਦਾ ਕੋਰਸ ਕੀਤਾ, ਹੁਣ ਉਹਨੂੰ ਇਨਫਲਾਈਟ ਟ੍ਰੇਨਿੰਗ ਦਾ ਕੋਰਸ ਦਵਾ ਦਿੱਤਾ ਗਿਆ, ਜਿਸ ਦੇ ਵਿੱਚ ਵੀਜ਼ਾ 100% ਨਹੀਂ ਲੱਗਿਆ ਕਿਉਂਕਿ ਉਹਨੇ ਗਰਾਊਂਡ ਸਟਾਫ ਵਿੱਚ ਕੰਮ ਕੀਤਾ। ਹੁਣ ਉਹਨੂੰ ਗਰਾਊਂਡ ਸਟਾਫ ਤੋਂ ਰਿਲੇਟਡ ਕੋਈ ਵੀ ਕੋਰਸ ਲੈ ਦਿੱਤਾ ਜਾਂਦਾ, ਕਸਟਮਰ ਕੇਅਰ ਤੋਂ ਲੈ ਦਿੱਤਾ ਜਾਂਦਾ, ਉਹਨੂੰ 100% ਵੀਜ਼ਾ ਲੱਗ ਜਾਂਦਾ ਸੀ। ਉਹਨੂੰ ਬਹੁਤ ਸੀ ਐਸੀ ਟੈਕਨੀਕਲ ਚੀਜ਼ਾਂ ਨੇ। ਦੂਜੀ ਚੀਜ਼ ਕਿ ਕਈ ਵਾਰੀ ਜੋ ਤੁਹਾਡਾ ਏਜੰਟ ਹੈ ਉਹ ਆਪ ਹੀ 5 ਤੋਂ 10 ਮਿੰਟ ਹੀ ਇਜ਼ ਨੋਟ ਏਬਲ ਟੂ ਸਪੀਕ ਇਨ ਇੰਗਲਿਸ਼, ਉੱਥੇ ਪ੍ਰੋਬਲਮ ਕੀ ਆਉਂਦੀ ਹੈ ਕਿ ਉਹ ਕਿੱਦਾਂ ਤੁਹਾਡਾ ਪੱਖ ਰੱਖੂਗਾ ਕਾਲਜ ਦੇ ਮੂਹਰੇ, ਉਹ ਕਿਵੇਂ ਰੱਖਣਾ। ਕਿ ਕਈ ਵਾਰੀ ਬੱਚੇ ਦੀ ਜਿਹੜੀ ਹੈ ਉਹ ਆਫਰ ਲੈਟਰ ਨਹੀਂ ਆ ਰਹੀ ਹੁੰਦੀ, ਉੱਤੋਂ ਸੈਸ਼ਨ ਨਿਕਲਣ ਦਾ ਚਾਂਸ ਹੁੰਦਾ, ਫਿਰ ਅਸੀਂ ਕੀ ਕਰਦੇ ਹਾਂ ਕਿ ਅਸੀਂ ਕਾਲਜ ਨਾਲ ਡਾਇਰੈਕਟ ਰੋਜ਼ ਫੋਨ 'ਤੇ ਗੱਲ ਕਰਦੇ ਹਾਂ, ਕਾਲਜਸ ਨੂੰ ਕਹਿੰਦੇ ਹਾਂ ਕਿ ਸੋ ਐਂਡ ਸੋ ਅਸੀਂ ਇਸ ਇਹ ਸਾਡਾ ਤੁਹਾਡੇ ਨਾਲ ਟਾਈਅਪ ਐਗਰੀਮੈਂਟ ਨੰਬਰ ਹੈ, ਅਸੀਂ ਇਹ ਬੱਚਿਆਂ ਨੂੰ ਅਪਲਾਈ ਕੀਤਾ ਔਰ ਮੇਲ 'ਤੇ ਰਿਵਰਟ ਨਹੀਂ ਆ ਰਿਹਾ। ਉਹ ਫਿਰ ਉਹ ਕੀ ਕਰਦੇ ਨੇ ਕਿ ਲਾਈਕ ਉਹਨਾਂ ਨੂੰ ਸਾਰੀ ਦੁਨੀਆ ਤੋਂ ਮੇਲ ਆਈ ਹੈ, ਹੁਣ ਮੇਰੀ ਮੇਲ ਮੰਨ ਲਓ 500ਵੇਂ ਨੰਬਰ 'ਤੇ ਆ, ਉਹਨਾਂ ਨੇ ਪਹਿਲੇ ਅਗਰ ਮੈਂ ਵੇਟ ਕਰਦਾ ਰਹਾਂਗਾ ਤਾਂ 500ਵਾਂ ਨੰਬਰ ਜਦ ਆਏਗਾ ਉਹ ਦੇਖਣਗੇ, ਰਿਵਾਰਡ ਕਰਨਗੇ। ਜਦ ਮੈਂ ਉਹਨਾਂ ਨੂੰ ਫੋਨ ਕੀਤਾ, ਦੁਬਾਰਾ ਮੇਲ ਪਾਈ, ਅਤੇ ਉਹ ਪ੍ਰਾਇਓਰਟੀ 'ਤੇ ਫਿਰ ਉਸ ਕੇਸ ਨੂੰ ਲੈ ਲੈਂਦੇ ਨੇ ਔਰ ਸਾਨੂੰ ਰਿਜ਼ਲਟ ਜਲਦੀ ਮਿਲਦੇ ਨੇ। ਹੁਣ ਮੈਕਸੀਮਮ ਜੋ ਏਜੰਟ ਨੇ ਉਹ ਦੇ ਆਰ ਨੋਟ ਏਬਲ ਟੂ ਸਪੀਕ ਇਨ ਇੰਗਲਿਸ਼ ਔਰ ਉਹ ਉਹਨਾਂ ਦਾ ਐਕਸੈਂਟ ਹੀ ਨਹੀਂ ਸਮਝ ਪਾਉਂਦੇ, ਉਹ ਗੱਲ ਹੀ ਨਹੀਂ ਕਰ ਸਕਦੇ। ਜੋ ਬੰਦਾ ਮੈਨੂੰ ਬੜਾ ਦੁਖਾਉਂਦਾ ਵੀ ਜੋ ਬੰਦਾ ਉੱਥੇ ਗੱਲ ਹੀ ਨਹੀਂ ਕਰ ਸਕਦਾ ਉਹ ਤੁਹਾਡਾ ਵੀਜ਼ਾ ਕਿਵੇਂ ਲਵਾ ਰਿਹਾ। ਪਰ ਕਰੋ, ਇਹਦੇ ਵਿੱਚ ਬੱਚਿਆਂ ਨੂੰ ਦੱਸਿਆ ਜਾਂਦਾ ਵੀ ਸਾਡੀ ਟੀਮ ਬੜੀ ਐਕਸਪਰਟ ਹੈ ਜੀ, ਸਾਡੀ ਟੀਮ ਨੇ 10-10 ਸਾਲ ਦਾ ਐਕਸਪੀਰੀਅੰਸ ਲਿਆ, 8-8 ਸਾਲ ਦਾ ਐਕਸਪੀਰੀਅੰਸ ਹੈ, ਬਹੁਤ ਜ਼ਿਆਦਾ ਵੀਜ਼ਾਸ ਲਏ ਹੈ, ਵੀਜ਼ਾ ਬੋਰਡ 'ਤੇ ਦਿਖਾਏ ਵੀ ਜਾਂਦੇ ਜਦੋਂ ਮੇਨ ਬੱਚਾ ਵਿਜ਼ਿਟ ਕਰਦਾ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ, ਬੱਚਾ ਕਿਵੇਂ ਜੱਜ ਕਰੇਗਾ ਬਾਕੀ ਇਹ ਠੀਕ ਹੈ ਜਾਂ ਨਹੀਂ? ਦੇਖੋ ਅਮਨ ਜੀ, ਮੈਂ ਬੱਚਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਹਮੇਸ਼ਾ ਹਰੇਕ ਕੰਸਲਟੈਂਟ ਦਾ ਟਰੈਕ ਰਿਕਾਰਡ ਦੇਖਿਆ ਕਰੋ ਜਿਸ ਕੋਲ ਤੁਸੀਂ ਅਪਲਾਈ ਕਰਨ ਜਾ ਰਹੇ ਹੋ। ਮੰਨ ਲਓ ਤੁਸੀਂ ਪਟਿਆਲਾ ਚਲੇ ਗਏ, ਅੰਮ੍ਰਿਤਸਰ ਚਲੇ ਗਏ, ਜਾਂ ਚੰਡੀਗੜ੍ਹ ਆ ਗਏ, ਜਾਂ ਮੋਹਾਲੀ ਆ ਗਏ, ਏਜੰਟ ਐਕਸ ਕੋਲ ਆ ਗਏ। ਹੁਣ ਤੁਸੀਂ ਇਹ ਦੇਖਣਾ ਹੈ ਕਿ ਅੱਜ ਤੁਸੀਂ ਆਸਟ੍ਰੇਲੀਆ ਲਈ ਉਹਦੇ ਕੋਲ ਆਏ ਹੋ, ਕੀ ਆਸਟ੍ਰੇਲੀਆ ਕਿੰਨੇ ਸਾਲਾਂ ਤੋਂ ਕਰ ਰਿਹਾ? ਕਿ ਇੱਦਾਂ ਤਾਂ ਨਹੀਂ ਅੱਜ ਤੋਂ ਥੋੜ੍ਹੇ ਦਿਨ ਪਹਿਲੇ ਜਦੋਂ ਨਿਊਜ਼ੀਲੈਂਡ ਲੇਬਰ ਸੀ ਉਦੋਂ ਨਿਊਜ਼ੀਲੈਂਡ ਦਾ ਐਕਸਪਰਟ ਸੀ, ਵਿੱਚ US ਦਾ ਬਣ ਗਿਆ, ਫਿਰ ਕੈਨੇਡਾ ਦਾ ਬੋਰਡ ਲੱਗ ਗਿਆ, ਉਸਦੀ ਜੋ ਪੁਰਾਣੀ ਐਡਸ ਨੇ ਉਹ ਕਿਸ ਕਿਸ 'ਤੇ ਨੇ, ਕਿੰਨੇ ਸਾਲਾਂ ਤੋਂ ਉਹ ਕੈਨੇਡਾ ਨੂੰ ਆਸਟ੍ਰੇਲੀਆ ਨੂੰ ਪ੍ਰਮੋਟ ਕਰਦਾ ਆ ਰਿਹਾ, ਕਿੰਨੇ ਕੁ ਉਸਦੇ ਵੀਜ਼ਾ ਦੀ ਕਾਪੀ ਤਾਂ ਲਾਈ ਹੈ, ਐਗਰੀਮੈਂਟਾਂ ਦੀ ਕਿੰਨੀਆਂ ਕਾਪੀਆਂ ਲਾਈਆਂ ਨੇ, ਕਿੰਨੇ ਕੁ ਕਾਲਜਸ ਨਾਲ ਐਗਰੀਮੈਂਟ, ਕਿਉਂਕਿ ਲੈਟ ਸਪੋਜ਼ ਮੇਰੇ ਨਾਲ ਕਾਲਜ ਦਾ ਐਗਰੀਮੈਂਟ ਹੈ,
ਅਤੇ ਮੇਰੇ ਹਿਸਾਬ ਨਾਲ ਮੇਰੇ ਦਫ਼ਤਰ ਵਿੱਚ 70 ਤੋਂ 80 ਸਰਟੀਫਿਕੇਸ਼ਨ ਪਈਆਂ ਨੇ ਕਾਲਜ ਦੀਆਂ ਜੋ ਮੇਰੇ ਨਾਂ ਤੋਂ ਮਿਲੀਆਂ ਹੋਈਆਂ, ਸੈਟਲਿੰਗ ਅਬਰਾਡ ਦੀ ਸਰਟੀਫਿਕੇਸ਼ਨ ਹੈ ਜੋ ਵੀਜ਼ਾ ਦੇ ਨਾਲ ਨਾਲ ਸਾਹਮਣੇ ਟੰਗੀਆਂ ਹੋਈਆਂ, ਜਿਸ ਵਿੱਚ ਬੱਚਾ ਈਜ਼ੀਲੀ ਜਦੋਂ ਉਹ ਐਂਟਰ ਕਰਦਾ ਉਹ ਦੇਖ ਸਕਦਾ ਵੀ ਹਾਂ ਨਹੀਂ। ਇੱਕ ਸਰਟੀਫਿਕੇਸ਼ਨ ਹੋਣਾ ਦੀਵਾਰ 'ਤੇ ਟੰਗੇ ਹੋਣਾ ਇਹ ਪ੍ਰੂਫ ਕਰਦਾ ਵੀ ਇਹ ਕੰਸਲਟੈਂਟ ਵਧੀਆ, ਬਿਲਕੁਲ ਉਸ ਦੇ ਵਿੱਚ ਉਹਦਾ ਟਾਈ ਅਪ ਪ੍ਰੂਫ ਕਰਦਾ ਕਿਉਂਕਿ ਟਾਈ ਅਪ ਤਾਂ ਹੀ ਰਨ ਹੁੰਦਾ। ਸਵਾਲ ਤਾਂ ਕੀਤਾ ਕਿ ਕਾਫੀ ਟਾਈ ਅਪਸ ਹੁੰਦੇ ਨੇ ਬਟ ਮੇਨ ਕੰਮ ਕਰਨਾ ਨਹੀਂ ਆਉਂਦਾ, ਐਕਸਪਰਟਾਈਜ਼ ਨਹੀਂ ਹੁੰਦੀ, ਜਿਵੇਂ ਤੁਸੀਂ ਪਹਿਲੇ ਗੱਲ ਕੀਤੀ ਸੀ ਖੁਦ ਇੰਗਲਿਸ਼ ਨਹੀਂ ਬੋਲ ਸਕਦੇ, ਬਿਲਕੁਲ ਉਹ ਬਾਹਰ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਬੱਚਿਆਂ ਨੂੰ ਭੇਜ ਰਹੇ ਨੇ। ਇਹ ਸਵਾਲ ਬੱਚਿਆਂ ਲਈ ਜਾਣਨਾ ਤਾਂ ਜ਼ਰੂਰੀ ਹੈ ਕਿਉਂਕਿ ਕਈ ਆਪ ਅੱਜ ਤੱਕ ਕੈਨੇਡਾ ਨਹੀਂ ਗਏ, ਆਪ ਅੱਜ ਤੱਕ ਆਸਟ੍ਰੇਲੀਆ ਨਹੀਂ ਗਏ, ਆਪਣੇ ਪਾਸਪੋਰਟ 'ਤੇ ਵੀਜ਼ਾ ਨਹੀਂ ਹੈ ਬਟ ਪ੍ਰਮੋਟ ਕਰ ਰਹੇ ਨੇ, ਸੋ ਉਸ ਚੀਜ਼ ਦਾ ਵੀ ਨੁਕਸਾਨ ਹੋ ਸਕਦਾ ਜਿਹੜਾ ਆਪ ਹੀ ਨਹੀਂ ਗਿਆ ਉਹਨੂੰ ਪਤਾ ਕੀ ਹੈ। ਬਿਲਕੁਲ 100% ਜਿਸ ਦੀ ਆਪਦੀ ਜੋਗ੍ਰਾਫੀਕਲ ਨੌਲੇਜ ਨਹੀਂ ਹੈ, ਜੋ ਆਪ ਵਿਜ਼ਿਟ ਨਹੀਂ ਕੀਤਾ, ਲਾਈਕ ਸੈਟਲਿੰਗ ਅਬਰੋਡ ਸਰਵਿਸਿਜ਼ ਵਟ ਵੀ ਡੂ ਕਿ ਹਰ ਸਾਲ ਮੈਂ ਕਿੱਥੇ ਨਾ ਕਿੱਥੇ ਜਾਣਾ ਹੀ ਜਾਣਾ, ਨਹੀਂ ਤਾਂ ਮੇਰੀ ਜੋ ਸੈਕਿੰਡ ਟੂ ਟੀਮ ਵਿੱਚ ਹੈ ਉਹਨਾਂ ਨੇ ਜਾਣਾ, ਲੈਟ ਸਪੋਜ਼ ਮੈਂ ਅਮੈਰੀਕਾ ਚਲਾ ਗਿਆ, ਦੂਜਾ ਕੈਨੇਡਾ ਚਲਾ ਗਿਆ, ਲੈਟ ਸਪੋਜ਼ ਮੈਂ ਕੈਨੇਡਾ ਚਲਾ ਗਿਆ। ਹੁਣ ਇਹ ਚੀਜ਼ ਬੱਚੇ ਨੂੰ ਦੇਖਣੀ ਹੈ ਕਿ ਕੀ ਉਹ ਆਪ ਟਰੈਵਲਡ ਹੈ, ਉਹਨੂੰ ਹਰ ਕੰਟਰੀ ਦਾ ਹਰ ਏਜੰਟ ਟਰੈਵਲ ਨਹੀਂ ਹੋ ਸਕਦਾ ਬਟ ਜੋ ਮੇਜਰ ਕੰਟਰੀਜ਼ ਕਰ ਰਿਹਾ ਉਸ ਕੰਟਰੀ ਵਿੱਚ ਉਹਦਾ ਆਪਦਾ ਆਉਣਾ ਜਾਣਾ ਹੈ, ਆਪਦੇ ਸੈਲਸ ਹੈ, ਸੈਟਲਮੈਂਟ ਕਰਨ ਦੀ ਆਪਸ਼ਨ ਹੈ, ਇਹ ਸਾਰੀ ਚੀਜ਼ਾਂ ਜਦੋਂ ਅਸੀਂ ਬੱਚੇ ਨੂੰ ਦਿਖਾ ਦਿੰਦੇ ਹਾਂ ਤਾਂ ਬੱਚੇ ਨੂੰ ਫਿਰ ਬੱਚੇ ਨੂੰ ਸਮਝ ਆ ਜਾਂਦਾ ਕਿ ਹਾਂ ਰਿਐਲਿਟੀ 'ਚ ਪੈਨਲ 'ਤੇ ਕਿੰਨੇ ਬੰਦੇ ਕੰਮ ਕਰ ਰਹੇ। ਮੰਨ ਲਓ ICRC ਲੋਇਰ ਹੈ, ਹੁਣ ਮੇਰੇ ਕੋਲ 3 ਤੋਂ 4 ਲੋਇਰ ਪੈਨਲ 'ਤੇ ਨੇ, ਕੁਛ ਮੇਰੇ ਬੱਚਿਆਂ ਨੂੰ ਵਰਕ ਦੀ ਸਰਵਿਸਿਸ ਲਈ ਨੇ, ਕੁਛ PR ਦਾ ਕੰਮ ਦੇਖਦੇ ਨੇ, ਸਟੂਡੈਂਟ ਨਾਲ ਐਗਰੀਮੈਂਟ, ਕਿਉਂਕਿ ਬਾਲੀ ਜ਼ਰੂਰਤ ਲੋਇਰ ਦੀ ਸਟੂਡੈਂਟ ਵੀਜ਼ਾ ਵਿੱਚ ਨਹੀਂ ਪੈਂਦੀ ਕਿਉਂਕਿ ਸਟੂਡੈਂਟ ਵੀਜ਼ਾ ਲਈ ਏਜੰਟ ਦਾ ਹੋਣਾ ਜ਼ਰੂਰੀ ਹੈ, ਲੋਇਰ ਦੀ ਕੋਈ ਜ਼ਰੂਰਤ ਨਹੀਂ ਹੈ। ਦੂਜੀ ਤੀਜੀ ਚੀਜ਼ ਇਹ ਲੋ ਉੱਥੇ ਮੈਨੂੰ ਲੱਗਦਾ ਹਰ ਜੋ ਕਰ ਰਹਿਣ ਵਾਲੀ ਲੇਡੀ ਹੈ ਉਹਨੇ ਕੀਤਾ ਹੋਇਆ ਕੈਨੇਡਾ ਦੇ ਵਿੱਚ, ਤਾਂ ਬਹੁਤ ਕੋਈ ਵੱਡਾ ਟੈਕਨੀਕਲ ਗੱਲ ਨਹੀਂ ਹੈ। ਔਰ ਮੈਂ ਬੱਚਿਆਂ ਲਈ ਇਹੀ ਗੱਲ ਕਹਿਣਾ ਚਾਹੁੰਦਾ ਕਿ ਬੱਚੇ ਨੂੰ ਇੱਕ ਜ਼ਰੂਰਤ ਹੈ, ਦੇਖੋ ਇੱਕ ਐਕਸਪੀਰੀਅੰਸ ਨੈੱਟ 'ਤੇ ਦਿਖਦਾ ਵੀ 3 ਮਹੀਨੇ ਦਾ ESL ਕੋਰਸ ਵਾਲੇ ਨੂੰ ਵੀਜ਼ਾ ਮਿਲਦਾ ਨੈੱਟ 'ਤੇ, ਯੈਸ ਹੈ, 6 ਮਹੀਨੇ ESL ਵਾਲੇ ਨੂੰ ਵੀਜ਼ਾ ਮਿਲਦਾ ਨੈੱਟ 'ਤੇ, ਯੈਸ ਹੈ, ਬਟ ਉਹ ਕਿੰਨਾ ਲਈ ਹੈ, ਕੀ ਉਹ ਇੰਡੀਆ ਪੰਜਾਬ, ਦੇਖੋ ਇੱਕ ਗੱਲ ਸਮਝੋ ਸਾਡੇ ਪੰਜਾਬ ਜਾਂ ਸਾਡੇ ਇੰਡੀਆ ਦੇ ਵਿੱਚ ਹੀ ਨੌਰਥ ਇੰਡੀਅਨਸ ਲਈ ਰੂਲ ਕੁਛ ਹੋਰ ਨੇ ਔਰ ਦਿੱਲੀ ਵਾਲਿਆਂ ਲਈ ਰੂਲ ਕੁਛ ਹੋਰ ਹੈ ਔਰ ਸਾਊਥ ਇੰਡੀਅਨ ਲਈ ਰੂਲ ਕੁਛ ਹੋਰ ਨੇ, ਮਤਲਬ ਉਹ ਅੰਬੈਸੀ ਅਲੱਗ ਅਲੱਗ ਨਜ਼ਰੀਏ ਨਾਲ ਜਿਹੜਾ ਉਹ ਦੇਖਦੀ ਹੈ ਏਰੀਆ ਵਾਈਜ਼। ਬਿਲਕੁਲ, ਤੁਸੀਂ ESL ਕੋਰਸ ਦੀ ਗੱਲ ਕੀਤੀ ਹੈ ਜਿਹੜਾ ਇੰਗਲਿਸ਼ ਐਜ਼ ਅ ਸੈਕਿੰਡ ਲੈਂਗੁਏਜ ਕੋਰਸ ਹੈ, ਜਿਹੜੇ 5.5 ਬੈਂਡ ਨਾਲ ਅਪਲਾਈ ਕਰ ਰਹੇ ਨੇ ਜਨਰਲ ਕੈਟੇਗਰੀ ਦੇ, ਬਿਲਕੁਲ, ਕੀ ਉਹ ਸਾਰਿਆਂ ਲਈ ਲਾਜ਼ਮੀ ਹੈ ਵੀ ESL ਲੱਗਦਾ ਜਾਂ ਉਹ ਵੀ ਪ੍ਰੋਫਾਈਲ ਟੂ ਪ੍ਰੋਫਾਈਲ ਮੈਟਰ ਕਰਦਾ? ਨਹੀਂ ਨਹੀਂ, ESL 5.5 ਬੈਂਡ ਵਾਲੇ ਨੂੰ ਲੱਗੇਗਾ, ਇਹ ਮੈਂਡੇਟਰੀ ਨਹੀਂ ਹੈ। ESL ਤਾਂ ਉਹਨੂੰ ਲੱਗੇਗਾ ਲਾਈਕ ਜਿਹਦੇ 5 ਬੈਂਡ ਆ ਗਏ ਜਾਂ ਜਿਹਦੇ ਇੰਗਲਿਸ਼ ਵਿੱਚ 50% ਤੋਂ ਘੱਟ ਮਾਰਕਸ ਹੈ, ਹੁਣ ਉਹ ਇੰਗਲਿਸ਼ ਦੀ ਕਲਾਸਾਂ ਨਾਲ ਲਾਉਣਾ ਚਾਹੁੰਦਾ। ਹੁਣ ਮੰਨ ਲਓ ਵਿਦਾਊਟ ਆਇਲਸ ਹੀ ਹੈ, ਉਹ ESL ਪੜ੍ਹਨ ਸਿਰਫ ਆਫਰ ਲੈਟਰ ESL ਦਾ ਮੰਗਾ ਕੇ ਇੰਗਲਿਸ਼ ਸਿੱਖਣ ਜਾ ਰਿਹਾ, ਉਸਦਾ ਕੋਈ ਮੈਨੂੰ ਗਣਿਤ ਸਮਝ ਨਹੀਂ ਆਉਂਦਾ ਕਿਉਂਕਿ ਸਾਡੇ ਕੋਲ ਵਧੀਆ ਇੰਸਟੀਟਿਊਸ਼ਨਸ ਨੇ, ਵਧੀਆ ਆਈਲਸ ਸੈਂਟਰ ਨੇ, ਇੱਥੇ ਇੰਗਲਿਸ਼ ਸਿੱਖਣਾ ਕੈਨੇਡਾ ਤੋਂ ਬਹੁਤ ਜ਼ਿਆਦਾ ਚੀਪਰ ਹੈ, ਕੈਨੇਡਾ ਤੋਂ ਅੱਛੇ ਇੰਗਲਿਸ਼ ਬੋਲਣ ਵਾਲੇ ਸਾਡੀ ਇੰਡੀਆ ਦੇ ਵਿੱਚ ਅਵੇਲੇਬਲ ਨੇ। ਬਟ ਤਰਾਜ਼ਦੀ ਇਹ ਗੌਰਵ, ਵਧੀਆ ਆਈਲਸ ਸੈਂਟਰ ਦੀ ਚੋਣ ਨਹੀਂ ਹੋ ਪਾ ਰਹੀ। ਹਾਂ, ਆਈਲਸ ਸੈਂਟਰ ਵੀ ਸਸਤਾ ਦੇਖ ਕੇ ਚੂਜ਼ ਕਰ ਲਿਆ ਜਾਂਦਾ, ਉਹਦਾ ਇਨਫਰਾਸਟ੍ਰਕਚਰ ਨਹੀਂ ਦੇਖਿਆ ਜਾਂਦਾ, ਉਹਦਾ ਸਟਾਫ ਨਹੀਂ ਦੇਖਿਆ ਜਾਂਦਾ। ਅੱਜ ਕੱਲ੍ਹ ਹੋ ਕੀ ਟ੍ਰੈਂਡ ਵਾਈਜ਼, ਜਿਹਦੇ ਖੁਦ ਦੇ 6 ਬੈਂਡ ਆ ਗਏ ਉਹ ਟੀਚਰ ਲੱਗ ਜਾਂਦਾ। ਹਾਂ, ਬਿਲਕੁਲ ਸਹੀ ਗੱਲ, ਉਹ 6.5 ਕਿਵੇਂ ਦਵਾਏਗਾ, 7 ਕਿਵੇਂ ਦਵਾਏਗਾ? ਔਰ ਉਹ 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 ਕੀ ਕਰਦਾ, ਉਹ ਆਪਣਾ ਆਈਲਸ ਇੰਸਟੀਚਿਊਟ ਖੋਲ ਲੈਂਦਾ। ਔਰ ਇੱਕ ਸਭ ਤੋਂ ਵੱਡੀ ਤਸਦੀਕ ਹੈ, ਅਸ਼ੋਰਡ ਬੈਂਡ ਦਾ ਟੈਗ ਲਾ ਦਿੰਦਾ। ਹਾਂ, ਉਹ ਐਡਵਰਟਾਈਜ਼ਰ ਦੇਖੋ ਅੱਜ ਕੱਲ੍ਹ ਬੜੀ ਦੇਖਣ ਨੂੰ ਮਿਲ ਰਹੀ ਹੈ ਵੀ ਮੈਂ 8 ਬੈਂਡ ਦਵਾਵਾਂਗਾ, ਬਈ ਤੇਰੇ ਆਪਦੇ 6 ਨੇ, ਤੂੰ 8 ਕਿੱਥੋਂ ਦਵਾ ਦੂੰਗਾ, ਮੇਰੇ ਸਮੇਂ ਦਵਾ। ਹੁਣ ਇਹ ਚੀਜ਼, ਹੁਣ ਇਹ ਤਾਂ ਉਹ ਗੱਲ ਹੋ ਗਈ ਵੀ ਇੱਕ ਮਰੀਅਲ ਜਿਹਾ ਆਦਮੀ ਭਲਵਾਨ ਬਣਨ ਦੀ ਟ੍ਰੇਨਿੰਗ ਦੇ ਰਿਹਾ, ਉਹ ਸਮਝ ਤੋਂ ਆ ਰਿਹਾ ਕਿ ਜੋ ਆਪ ਭਲਵਾਨ ਨਹੀਂ ਉਹ ਦੂਜੇ ਨੂੰ ਭਲਵਾਨ ਬਣਨ ਦੀ ਟ੍ਰੇਨਿੰਗ ਕਿਆ ਦੇਗਾ? ਗੱਲ ਉੱਥੇ ਆ ਕਿ ਜਿਹੜਾ ਖੁਦ ਕੈਨੇਡਾ ਨਹੀਂ ਗਿਆ ਉਹ ਕੈਨੇਡਾ ਜਾਣ ਦੇ ਸੁਪਨੇ ਸਾਕਾਰ ਕਰਨ ਦੇ ਦਾਅਵੇ ਕਰ ਰਿਹਾ ਹੈ। ਔਰ ਦੂਜੀ ਚੀਜ਼ ਇਹ ਹੈ, ਬੱਚਿਆਂ ਨੂੰ ਬਹੁਤ ਹੱਦ ਤੱਕ, ਦੇਖੋ ਬੱਚਿਆਂ ਨੂੰ ਇਹ ਚੀਜ਼ ਵੀ ਕੰਸੀਡਰ ਕਰਾਉਣੀ ਚਾਹੀਦੀ ਹੈ, ਅਗਰ ਉਹ ਕੈਨੇਡਾ ਦੀ ਗੱਲ ਕਰਦੇ ਨੇ ਤਾਂ ਉਹਨਾਂ ਕੋਲ ਉਹਨਾਂ ਨੂੰ ਇਹ ਵੀ ਪੁੱਛਣਾ ਚਾਹੀਦਾ ਕਿ ਅਗਰ ਇਨ ਕੇਸ ਮੇਰਾ ਵੀਜ਼ਾ ਨਹੀਂ ਲੱਗਦਾ ਤਾਂ ਮੇਰਾ ਟਾਈਮ ਦਾ ਅਤੇ ਪੈਸੇ ਦਾ ਕਿੰਨਾ ਨੁਕਸਾਨ ਹੋਏਗਾ, ਇਹ ਗੱਲ ਉਹਨਾਂ ਨੂੰ ਪਹਿਲੇ ਕਲੀਅਰ ਹੋਣੀ ਚਾਹੀਦੀ ਹੈ।
क्योंकि मेरे हिसाब से कोई भी एहो जी कंसल्टेंसी नहीं है जिसका वीज़ा रिफ्यूज़ नहीं होया। हाँ सिर्फ रिफ्यूज़ होंदा नहीं होया होगा जिन्हें आज तक कोई फाइल नहीं लाई होएगी, क्योंकि सिर्फ वही बचते हैं जिन्हों का वीज़ा रिफ्यूज़ नहीं होया। बाकी तो हर बंदे का जो है और किसी ना किसी कारण रिफ्यूज़ल, चाहे वो 1% देखो रेट उहदे है, च दो कोई परसेंट है, करो उस मान लिया वी गरंटी नहीं हुंदी, ये गरंटी वर्ड सर्वाइव भी नहीं करना चाहिए, आना भी नहीं चाहिए, बट ऑल डिपेंड्स थोड़ी एक्सपर्टाइज की है, एक्सपीरियंस की है, कितना फाइल प्रिपेयर हो रही है, बिल्कुल उहदे ते सक्सेस डिपेंड करता है। 100%। तुसी एक चीज़ मैं जरूर चाहूँगा जिहड़े साडे दर्शकां नाल सांझी करो, काफ़ी बच्चे ने इत्थों कैनेडा किसी भी कॉलेज एडमिशन लैके चले जाते हैं, और अज जो दौर चल रहा है वीज़ा भी लग रहा है, बिल्कुल जाके कॉलेज चेंज, कॉलेज नू नहीं पता हुंदा, बच्चा दो बिल्कुल दिन क्लास लाउंदा, इनरोल हुंदा, चले जांदा, किसे होर एरिया जांदे ने, जा के बैठ जांदे टोरंटो या वैनकूवर दे विच, उस स्थिति विच की बच्चे नू जिहड़ा नुकसान हो सकदा? देखो अमन जी, सब तो वड्डा नुकसान बच्चा PR तो दूर चला जाता है। पहली गल, उत्थे जाके ना साढ़े पंजाबी खराब कर रहे साढ़े बच्चे। उन्होंने की किया है वो कि आप ही हौसला ही दे जांदा, नहीं कुछ नहीं हुंदा तू कर। उन्होंने की किया है कि छोटे छोटे कॉलेज नू कॉलेजों ने उन्होंने अपना करिंदा बनाया हुआ, अपना एजेंट बनाया भी तू मान ला दो बच्चे शेल्डन चाहे इन्होंने पट के इतने लिया, तेनों $500 दे देंगे या तेनों एवें दे देंगे। हुण वो बच्चों समझाते ने, वो बच्चों को यहो जहा माहौल क्रिएट कर देंगे ने कि बच्चा समझता यार मैं तो पैसे कमावा, वर्क परमिट तो उन्ना ही मिलना है, 2 साल का मिल जाना है, उस तो बाद PR भी मिल जानी है, क्यों ना 2 दिन क्लास लावा 5 दिन काम करा। अच्छा यही मेन वजह होनी है जिहड़ी बच्चों की क्वेरी आती है भी कॉलेज वो दे दो जिसे 2 दिन क्लासा लगना, बिल्कुल 100%। पढ़ने जाना है क्लास 2 दिन लानी है। देखो अमन जी, सब तो अज बहुत हद तक जो टाइम है वो चेंज हो चुका है। किसी टाइम बच्चा जाता सी अपना पासपोर्ट ते पैसे, अज तो 8 साल पहले दी गल कर रहे हैं, साढ़े को स्टूडेंट आता सी पासपोर्ट फड़ा सी, कहता सी मेरा बाहर का वीज़ा लवा दो, दैट्स ऑल। ये नहीं पुछता सी मैं किस बेस से जाना है, ये नहीं पुछता सी मैं कितने टाइम लिए जाना है, वो कहना सी जी बस अगर एयरपोर्ट पार करा दो। अज 8 साल बहुत फर्क आ चुका है, अज 80% स्टूडेंट अवेयर हो चुके हैं, जो ये पूछता है कि मैं फलाने कोर्स पर जाना, मैं फलानी कंट्री में जाना, मैं फलानी स्टेट में जाना है, और क्रॉस क्वेश्चनिंग करता। मैं लगता 2030 तक असं बहुत ज़्यादा बिल्कुल सही हो जाएंगे, सानू हर गल का पहले पता होएगा। बस अज जिथे प्रॉब्लम बच्चों ने ले आ रही है कि बच्चे इस गल नू समझन ली या इस गल नू नहीं ट्रेस कर पा रहे कि डायरेक्ट कंसल्टेंसी केड़ी है। मेन ट्रैवलिंग ऑफ फाइल नुकसान कर रही है थोड़े कहने का मतलब। बहुत ज़्यादा आता है क्योंकि रिफ्यूजल तो लिखा आता है कि तुसी रिसर्च नहीं किया, यानी स्टेटमेंट ऑफ परपज थोड़ी सही नहीं सी। हुण या तो उस दे विच तुसी इंग्लिश थोड़े लेवल पर मान एक लो ना मैं गौरव भी कहना चाहुंदा, कई साडे बहुत वड्डे कंसल्टेंसियां दे नाम ने जिहड़े बहुत वड्डे नंबर्स करते ने, बहुत ज्यादा नंबर्स करते ने कैनेडा दे, पिछले एक चांस होया किसी बहुत वड्डे ब्रांड दे स्टूडेंट रिफ्यूज़ दा SOP पढ़न दा मौका मिलिया, जिहड़ा कवरिंग लैटर लाउंदे ने, ओके उहदे च सीगा गौरव एक काउंसलर वल्लों बणी हुई सी, साफ दिख रही सी भी मैं कैनेडा चलिया फलाना कोर्स फलाना कॉलेज करन ते विच करन, मैं पढ़ के वापस आके अपनी फैमिली नू रीजॉइन करांगा, जबकि मेरे फादर स्पेन दे विच ने, मदर उहनां दे नाल स्पेन रहिंदे ने, मैं इंडिया वापस आके रीजॉइन करूँगा। रीजॉइन किनू करूँगा? फैमिली स्पेन दे विच है, बिल्कुल खुद कैनेडा जा रहा है, बट मैं इंडिया वापस आ जाऊँगा, और रिफ्यूज़ हो गया। सो जो ऐसी SOP देखने को मिलेगी तो फिर लगता है भी शायद वड्डे नाम भी आप ध्यान नहीं दे रहे। देखो सर, पता की चक्कर है, दो तरफ से बच्चे नु मार पै रही है या दो तरफ तो नुकसान हो रहा है। एक जैमे एक डॉक्टर है, वो चाहे किन्ना ही वड्डा डॉक्टर है, किन्ना ही एक्सपीरियंसड है, उनका एक ऑफिस है, एक जगह पर बैंदा। हुण जदों लोग नेचर है, ये ऐसी समान नहीं है भी मैं अमृतसर भी ला लिया, मैं मोहाली भी ला लिया, मैं जलंधर भी ला लिया, मैं फिरोजपुर भी ला लिया, मैं करनाल भी ला लिया, भी हुण ये बेचना ही है। इत्थे हर फाइल नू आपदी नज़र तो टपाउणा, आपदी एक्सपर्ट तो टपाउणा। बिल्कुल उत्थे थोड़ा जिहा मुश्किल जरूर लगता, देखो 7-8 ऑफिस, हर ऑफिस दे विच उहनां दे मूंह नूं फाइल आ रही है, जिहड़ा मेन बंदा है बिल्कुल वो आप एक ऑफिस दे विच बैठा,
किस तरह पॉसिबल है भी हर फाइल नूं कहना मैं आप देखूंगा जी? नहीं, ये पॉसिबल नहीं हो सकता। और दूजी चीज़ अमन जी, बच्चों नूं इस गल तो बचना चाहिए। दूजा वो बंदे जो नॉन फील्ड दे बंदे ने, बस चला रहे ने, प्रॉपर्टी डीलर ने, गाना गाते ने, वो बंदे कंसल्टेंसी कर रहे ने, वो बंदे बच्चों का भविष्य खराब कर रहे हैं। तीजी चीज़ वो बंदे जो 2 या 3 महीने सिर्फ कितने जॉब करते हैं, एक फॉर्म भरना सीख लेंगे, लख 2 लख रुपए के 4-5 टेबल लिया के एक ऑफिस छोटा लैके शुरू कर देंगे और अपने आप में एक्सपर्ट्स दसते हैं। बेसिकली ये चीज़ बहुत वड्डे पद्धर से साढ़े बच्चे नुकसान पहुँचा रही है जो रिफ्यूज करा दें है केस न। करो एक चीज़ पूछना चाहना, सपोज एक बच्चा गया प्रैक्टिकली, क्योंकि काफ़ी केसिस होने इदा के एक बच्चा फैमिली के विचों जाता है, वो सारी फैमिली हिस्ट्री रखती है भैन भरा किन्ने ने, वह जाके बिना कुछ दसे कॉलेज चेंज कर लेंदा, कॉलेज एम्बेसी नू मेल कर देंदा भी आ बच्चा साढ़े को नहीं है, पता नहीं कितने गया। बिल्कुल ठीक है। हूँ दोबारा जो कोई सिबलिंग अप्लाई करेगा कैनेडा लिए जिसे उसकी हिस्ट्री उसके नाल जुड़ी है, उसकी उसके नाल जुड़ी है, तो उसके वीजे पर भी इफेक्ट पड़ेगा 100%। जो मान लो एक बच्चा थोड़ा उत्थे जाके रूल्स तोड़ दिंदा, जो तुसी सेकेंड टाइम अपना सिबलिंग का वीज़ा लाओगे और थोड़ी विच आएगी थोड़ा रिकॉर्ड आएगा, उत्थे जो वीज़ा अफसर है वो अपनी डिस्क्रीट पावर यूज़ कर सकता, तो उन्हें रिफ्यूज़ कर सकता, क्योंकि उन्होंने उत्थे समझ आ जाता है कि जो ये जाएगा ये डेफिनेटली इतों अपने भरा या भैन को जाएगा, उत्थे भी सेम करेगा जो उन्हें किया जो उन्हें किया। तो ये तुसी अपने परिवार वास्ते भी कंडे बोल रहे हो, इसके बड़े नुकसान ने। एक नुकसान तो तुसी गिनाता, दूजा थोड़े परिवार को वीज़ा नहीं मिलेगा टूरिस्ट, क्योंकि तुसी किसे वधी, क्योंकि जिस कॉलेज जो सैटरडे संडे पढ़ा रहा है वो इंटरनेशनल बंदे नू बुलाने लिए, वो इंटरनेशनल एक्सपोजर का कॉलेज तो है नहीं, और मेन जो कमिटमेंट इतों करके जिदे बेस से तुहानू वीज़ा मिलिया तुसी उत्ते पूरे नहीं उतरे, उत्ते पूरे नहीं उतरे। और ये मैक्सीमम ये बहुत हद तक US दे विच भी हो रहा है। ओके सेम, क्योंकि फीस बाद ही जाती है और एजेंट नू कोई मतलब नहीं होंदा, इस दे विच भी ट्रैवलिंग और फाइल बहुत ज़्यादा है क्योंकि टाई अप्स तो मिलते नहीं, और दूजी चीज़ एजेंट नू अपना 15-20 हज़ार रुपये पहले और 15-20 हज़ार वीज़ा तो बाद दा लैण दा लालच हुंदा है। उस तो बाद 2 तरह का बच्चा उत्थे तंग हो रहा है। पहला बच्चा कोर्स सिलेक्शन के टाइम पासवर्ड जनरेट हुंदा जिस कोल डायरेक्ट कॉलेज है, हुण बच्चा किसी तो अजे तो फाइल लवा लैंदा मुड़ के उन्होंने पासवर्ड जनरेट नहीं मिलता, फिर बच्चे 1100-1200 डॉलर $1500 पेनल्टी पैंती है, फिर वो पासवर्ड रीजनरेट करा पाता है। पहली गल उत्थे नुकसान, और उस दे विच अच्छे उनके अच्छे प्रोग्राम और अच्छी सीटा फिल हो जाती। दूजी चीज़ बच्चा उत्थे जाके कॉलेज नहीं करता, जबकि US दे विच जो तुसी वीज़ा लेंदे हो तुहाडे कॉलेज का नाम साफ साफ अक्खरां विच तुहाडे वीज़ा दे उत्ते टाइप हुंदा, और मेन इंटरव्यू दे विच हर चीज़ है भी ये कॉलेज क्यों जा रहे हो, इत्थे ही क्यों पढ़न जा रहे हो, हर चीज़ पुछदा है वीज़ा ऑफिसर, तुसी उन्हूं सैटिस्फाइड करदे हो उसे बेस ते तुहानूं वीज़ा दिंदा। देखो अज समा सिर्फ वीज़ा लैण दा नहीं है, अज समा सही तरीके नाल वीज़ा लैण दा। एक समा सी जदों लोग कहंदे सी कि वैन यू ड्राइव ड्राइव सेफली, अज समा ये कह रहे कि अपने आप तो बचाओ बचाओ, सामने वाले तो भी बचो, ये पता नहीं सामने वाले विच लैके मार दे, सामने वाले नूं तां तुसी रोक नहीं सकते ना, थोड़े विच मार दे सही जांदे दे भी। तो इसलिए वीज़ा एक जरूरी चीज़ है, एक बहुत वड्डे पद्धर ते साढ़े बच्चे नाल हो रहा, तुसी आफ्टर वीज़ा फीस दे देना जी और असी भर देंगे, जबकि कैनेडा ऑस्ट्रेलिया और US दे विच, चलो US तो जाते ही बाद है, कैनेडा ऑस्ट्रेलिया दे विच एहो जी उन्होंने कॉलेज नाल टाइप कर लेंदे ने जो 200-300 डॉलर दे के LOA दे, उस लालच विच भी एक जो मिडिल क्लास बच्चा वह फस जाता है कि यार मैं कोई नहीं मेरा आफ्टर वीज़ा लगेगा, मैं हुण जिहड़े लख 2 लख 1.25 लख रुपए एजेंट नूं दे दाँ, फिर मैं आफ्टरऑल बच्चा सोच ही लैंदा या उन्होंने माँ प्यो सोच लैंदे ने जो वीज़ा आएगा तो फिर रिश्तेदारियों तो मंग मुंग के नूं भेज दांगे,
और उस दे वीजे से 2-3 गुना पैसे चार्ज किए जाते हैं। I-20 के नौते पैसे, उस तो बाद थोड़े होर जिहड़े उन्हां दे प्रोसैस चलने ने उहदे नौते पैसे लै ले जांदे, भी असीं नहीं लै रहे तो तुहाडे प्रोसैस दे पैसे ने, इनडायरेक्टली आप ही लैने हैं। प्रोसैसिंग फीस 0 कर दिती जाती है, I-20 दे $800 ले लेते हैं, ट्रैवल इंश्योरेंस दे ले लेते हैं। जब बच्चे नूं ये चाहिदा उस कोल वीजा लवावे जो तुहानूं सही ढंग नाल पैसे मांग रहा है, सही तरीके नाल कह रहा है। आफ्टरऑल तेल तिलां विचों निकलना, सारी बिजनेस ऑर्गेनाइजेशंस ने जिन्ना वड्डा ऑफिस उन्ने वड्डे खर्चे। पर एक गलो मैं कहना ऑस्ट्रेलिया ठीक है, ऑस्ट्रेलिया पहले ही सारा जजमेंट करके तां ऑफर देंदा, और दे ही नहीं रहा ऑफर। बिल्कुल, बहुत वड्डे पद्धर ते ऑस्ट्रेलिया दे विच की हो रहा है कि ऑफर लैटर एडिट करके बच्चे नूं दे दित्ती जांदी है, अच्छा, और बच्चे तो फीस ले लेती जाती है, फिर बच्चे नूं झूठ मूठ जे नैट तो फोन करा के इंटरव्यू विच फेल कर दिता जाता है, कहिंदे अच्छा तुहाडे पैसे 5-6 महीने बच्चे नूं घुमा फिरा के उहदे पैसे मोड़ दिते जाते हैं, या उन्हूं उस कंट्री विच मोल्ड कर दिता जाता है जिस कंट्री विच वो जाना नहीं चाहता, पर उस कंट्री चो सामने एजेंट का टाइप होता। बहुत हद तक मैं देखा कि बच्चों नूं क्या गया पाथवे के नाते बहुत वड्डे लैवल दे ठगी मारे गए बच्चों नाल, कि चलो जी दुबई चलो जी उत्थों अगे भेज देंगे, फलानी जगह चलो जी अगे भेज देंगे। हालांकि हर अंबैसी ने पंजाब दे पासपोर्ट नूं पंजाब दी नज़र नाल ही देखा, वो चाहे असी दुनिया के किसी भी कोने तो एंटर होने की कोशिश क्यों ना करिए। सो ये काफ़ी टेक्निकल चीज़ें समझने वाली हैं। बिल्कुल अमन जी, असी सही रास्ता क्यों नहीं चुनते, जब एक स्टेट रास्ता स्टेट एक्सपर्ट्स ने वो साफ राय दे रहे ने, उसकी बजाय असी टेढ़ा रास्ता क्यों चुनते। टेढ़ा रस्ता मैं कहना औखा जरूर लगता, बट उसकी कमिटमेंट जो होंगे ने वो दसिया जाता बड़े सौखे तरीके दसया जाता। सो काफ़ी सवाल अज उभर के सामने आए भी की असी सही कंसल्टेंट चूज कर रहे हैं, की असी सही कोर्स चूज कर रहे हैं, की साढ़े द्वारा जोड़ा कंसल्टेंट चूज किया गया उन्होंने खुद नॉलेज है उस कंट्री बारे जिद बारे सू गाइड कर रहा है। इस सवालों के जवाब पहले अपने आप तो लियो, फिर अगे कोई डिसीजन लियो, जिहड़ा कि मेन मोटिव है थोड़ा बाहर जाके सैट होने का ता ही पूरा हो पाएगा। मैं इत्थे एक समा 2 मिनट का बचा पूछ लेना चाहुंदा गौरव जी तो, करो कोई खास मैसेज कंट्री का कोई भी है, ऑस्ट्रेलिया है, कैनेडा है, US है, कि बच्चे नूं खास मैसेज देना चाहुंदे हो, किस तरह अवेयर रह के बच्चा डिसीजन लवे। बच्चे नूं हमेशा मिठी मिठी गल्लां विच नहीं फसना चाहिए, बच्चे नूं डील्स ते अपना पासपोर्ट नहीं देना चाहिए। तेरी डील्स मीन तुसी पैकेज पैकेज कह रहे हो? नहीं, तेरी फीस कट करा देंगे, हाँ पैकेज भी हो सकता, आफ्टर वीज़ा पैसे ले लेंगे, उस तो बाद बच्चे कहते हैं एयर टिकट फ्री दे देंगे, कैशबैक दे देंगे, लैपटॉप दे देंगे। तुसी कोई चीज़ थोड़ा खरीदन जा रहे हो, तुसी अपना करियर बनाने जा रहे हो, तो करियर दे विच सौदेबाजी कहो जी, सीधा रस्ता फड़े करो, सही कंसल्टेंट्स कंसल्टेंटा की कमी नहीं है, सही बहुत वड्डी लॉबी है एक्सपर्ट्स दी जो बिल्कुल सही तरीके नाल बच्चों नूं गाइड कर रहे हैं। सिर्फ जरूरत है उन तक राबता कायम करन दी, मिलन दी। फ्री असैसमेंट नाम का शब्द है, मेरे मैनू बहुत बच्चों के फोन आए कि लो फ्री असैसमेंट तो कह देंगे एजेंसीज, पर जो फोन करीदा जाइए उदो कहते हैं 500 रुपया दे दो, 1000 रुपया दे दो, 2000 दे दो, मिलन का 3000 दे दो। तो सैटलिंग अब्रॉड सर्विसिज बिल्कुल फ्री है, कोई पैसे नहीं देने, तुसी सलाह लैन दे, तुसी आओ, तुसी एक बार आओ, 2 बारी आओ, 10 बारी आओ, 20 बारी आओ, सारे क्वेश्चन का आंसर लो, सैटिस्फाइड हो, दैन यू टेक अ डिसीजन कि तुसी किसनों अपनी फाइल फड़ानी जी। सो गौरव बहुत बहुत धन्यवाद अज्ज दे शो दे, सत श्री अकाल जी, धन्यवाद सारे दर्शकों का, अज्ज इत्थे इजाजत लाँगे इस वादे नाल, कल नवे सवाल जवाब लैके हाजिर होवांगे, दिओ इजाजत, सत श्री अकाल।